ਜਿਮ ਦੇ ਵਿੱਚ ਕਸਰਤ ਕਰ ਰਹੇ ਇੱਕ ਨੌਜਵਾਨ ਦੇ ਉੱਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ। ਦੱਸ ਦਈਏ ਕਿ 5 ਤੋਂ 6 ਬਦਮਾਸ਼ਾਂ ਦੇ ਵੱਲੋਂ ਉਸ ਸਮੇਂ ਉਸ ਨੌਜਵਾਨ ਤੇ ਹਮਲਾ ਕੀਤਾ ਗਿਆ ਜਦੋਂ ਉਹ ਪਿੰਡ ਦੇ ਵਿੱਚ ਹੀ ਜਿਮ ਲਗਾ ਰਿਹਾ ਸੀ। ਹਾਲਾਂਕਿ ਹਮਲੇ ਤੋਂ ਬਾਅਦ ਨੌਜਵਾਨ ਕਾਫੀ ਜ਼ਿਆਦਾ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦਰਅਸਲ ਹਮਲੇ ਦੀ ਵਜ੍ਹਾ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਤੇ ਨੌਜਵਾਨ ਜਦੋਂ ਜਿਮ ਦੇ ਵਿੱਚ ਕਸਰਤ ਕਰ ਰਿਹਾ ਸੀ ਤਾਂ ਅਚਾਨਕ ਹੀ 6 ਤੋਂ 7 ਬਦਮਾਸ਼ਾਂ ਦੀ ਜਿਮ ਦੇ ਵਿੱਚ ਐਂਟਰੀ ਹੁੰਦੀ ਹੈ ਤੇ ਆਉਂਦੇ ਸਾਰ ਹੀ ਉਸ ਦੇ ਉੱਤੇ ਟੁੱਟ ਕੇ ਪੈ ਜਾਂਦੇ ਨੇ ਤੇ ਉਸਨੂੰ ਜ਼ਖਮੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਫਿਲਹਾਲ ਜ਼ਖਮੀ ਨੌਜਵਾਨ ਨੂੰ ਇਲਾਜ ਦੇ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਹੁਣ ਪੁਲਿਸ ਵੀ ਪਹੁੰਚੀ ਹੈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਕ ਨੌਜਵਾਨ ਦੇ ਉੱਤੇ ਹਮਲਾ ਕੀਤਾ ਗਿਆ। ਹਮਲਾ ਵੀ ਉਸ ਸਮੇਂ ਕੀਤਾ ਜਦੋਂ ਨੌਜਵਾਨ ਆਪਣੇ ਪਿੰਡ ਦੇ ਵਿੱਚ ਹੀ ਜਿਮ ਲਗਾ ਰਿਹਾ ਸੀ। ਕੀ ਹੋਇਆ ਕਿ ਜਿਮ ਲਾਉਣ ਗਿਆ ਸੀ ਮੈਂ ਤੇ 3-4 ਜਣੇ ਆ ਕੇ। ਇਹ ਕਿੱਥੇ ਭਾਜੀ? ਪਿੰਡ ਹੀ ਹੈ। ਕਿਹੜੇ ਪਿੰਡ ਜੀ ਤੁਹਾਡਾ? ਕਾਲੀਵਾਲ ਦੇ। ਅੱਛਾ ਜੀ, ਤੇ ਕੋਈ ਪੁਰਾਣੀ ਰੰਜਿਸ਼ ਸੀ ਜਿਸ ਨਾਲ? ਪੁਰਾਣੀ। ਅੱਛਾ ਜੀ, ਪਹਿਲੋਂ ਪਰਚਾ ਹੋਇਆ ਪਿਆ। ਅੱਛਾ ਜੀ, ਇਹਨਾਂ ਨੇ ਫੇਰ ਕਿੰਨੀ ਦੇਰ ਪਹਿਲਾਂ ਭਾਜੀ ਜੀ ਪਰਚਾ ਹੋਇਆ? 4 ਮਹੀਨੇ ਪਹਿਲਾਂ। ਜਿਮ ਦੇ ਵਿੱਚ ਕਸਰਤ ਕਰ ਰਹੇ ਇੱਕ ਨੌਜਵਾਨ ਦੇ ਉੱਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ। ਦੱਸ ਦਈਏ ਕਿ 5 ਤੋਂ 6 ਬਦਮਾਸ਼ਾਂ ਦੇ ਵੱਲੋਂ ਉਸ ਸਮੇਂ ਉਸ ਨੌਜਵਾਨ ਤੇ ਹਮਲਾ ਕੀਤਾ ਗਿਆ ਜਦੋਂ ਉਹ ਪਿੰਡ ਦੇ ਵਿੱਚ ਹੀ ਜਿਮ ਲਗਾ ਰਿਹਾ ਸੀ। ਹਾਲਾਂਕਿ ਹਮਲੇ ਤੋਂ ਬਾਅਦ ਨੌਜਵਾਨ ਕਾਫੀ ਜ਼ਿਆਦਾ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦਰਅਸਲ ਹਮਲੇ ਦੀ ਵਜ੍ਹਾ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਤੇ ਨੌਜਵਾਨ ਜਦੋਂ ਜਿਮ ਦੇ ਵਿੱਚ ਕਸਰਤ ਕਰ ਰਿਹਾ ਸੀ ਤਾਂ ਅਚਾਨਕ ਹੀ 6 ਤੋਂ 7 ਬਦਮਾਸ਼ਾਂ ਦੀ ਜਿਮ ਦੇ ਵਿੱਚ ਐਂਟਰੀ ਹੁੰਦੀ ਹੈ ਤੇ ਆਉਂਦੇ ਸਾਰ ਹੀ ਉਸ ਦੇ ਉੱਤੇ ਟੁੱਟ ਕੇ ਪੈ ਜਾਂਦੇ ਨੇ ਤੇ ਉਸਨੂੰ ਜ਼ਖਮੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਫਿਲਹਾਲ ਜ਼ਖਮੀ ਨੌਜਵਾਨ ਨੂੰ ਇਲਾਜ ਦੇ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਹੁਣ ਪੁਲਿਸ ਵੀ ਪਹੁੰਚੀ ਹੈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਕ ਨੌਜਵਾਨ ਦੇ ਉੱਤੇ ਹਮਲਾ ਕੀਤਾ ਗਿਆ। ਹਮਲਾ ਵੀ ਉਸ ਸਮੇਂ ਕੀਤਾ ਜਦੋਂ ਨੌਜਵਾਨ ਆਪਣੇ ਪਿੰਡ ਦੇ ਵਿੱਚ ਹੀ ਜਿਮ ਲਗਾ ਰਿਹਾ ਸੀ। ਕੀ ਹੋਇਆ ਕਿ ਜਿਮ ਲਾਉਣ ਗਿਆ ਸੀ ਮੈਂ ਤੇ 3-4 ਜਣੇ ਆ ਕੇ। ਕਿੱਥੇ ਭਾਜੀ? ਪਿੰਡ ਹੀ ਹੈ। ਕਿਹੜੇ ਪਿੰਡ ਜੀ ਤੁਹਾਡਾ? ਕਾਲੀਵਾਲ ਦੇ। ਅੱਛਾ ਜੀ, ਤੇ ਕੋਈ ਪੁਰਾਣੀ ਰੰਜਿਸ਼ ਸੀ ਜਿਸ ਨਾਲ? ਪੁਰਾਣੀ। ਅੱਛਾ ਜੀ, ਪਹਿਲੋਂ ਪਰਚਾ ਹੋਇਆ ਪਿਆ। ਅੱਛਾ ਜੀ, ਫਿਰ ਕਿੰਨੀ ਦੇਰ ਪਹਿਲਾਂ ਭਾਜੀ ਪਰਚਾ ਹੋਇਆ? 4 ਮਹੀਨੇ ਪਹਿਲਾਂ। ਜਿਮ ਦੇ ਵਿੱਚ ਕਸਰਤ ਕਰ ਰਹੇ ਇੱਕ ਨੌਜਵਾਨ ਦੇ ਉੱਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ। ਦੱਸ ਦਈਏ ਕਿ 5 ਤੋਂ 6 ਬਦਮਾਸ਼ਾਂ ਦੇ ਵੱਲੋਂ ਉਸ ਸਮੇਂ ਉਸ ਨੌਜਵਾਨ ਤੇ ਹਮਲਾ ਕੀਤਾ ਗਿਆ ਜਦੋਂ ਉਹ ਪਿੰਡ ਦੇ ਵਿੱਚ ਹੀ ਜਿਮ ਲਗਾ ਰਿਹਾ ਸੀ। ਹਾਲਾਂਕਿ ਹਮਲੇ ਤੋਂ ਬਾਅਦ ਨੌਜਵਾਨ ਕਾਫੀ ਜ਼ਿਆਦਾ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦਰਅਸਲ ਹਮਲੇ ਦੀ ਵਜ੍ਹਾ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਤੇ ਨੌਜਵਾਨ ਜਦੋਂ ਜਿਮ ਦੇ ਵਿੱਚ ਕਸਰਤ ਕਰ ਰਿਹਾ ਸੀ ਤਾਂ ਅਚਾਨਕ ਹੀ 6 ਤੋਂ 7 ਬਦਮਾਸ਼ਾਂ ਦੀ ਜਿਮ ਦੇ ਵਿੱਚ ਐਂਟਰੀ ਹੁੰਦੀ ਹੈ ਤੇ ਆਉਂਦੇ ਸਾਰ ਹੀ ਉਸ ਦੇ ਉੱਤੇ ਟੁੱਟ ਕੇ ਪੈ ਜਾਂਦੇ ਨੇ ਤੇ ਉਸਨੂੰ ਜ਼ਖਮੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਫਿਲਹਾਲ ਜ਼ਖਮੀ ਨੌਜਵਾਨ ਨੂੰ ਇਲਾਜ ਦੇ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਹੁਣ ਪੁਲਿਸ ਵੀ ਪਹੁੰਚੀ ਹੈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਕ ਨੌਜਵਾਨ ਦੇ ਉੱਤੇ ਹਮਲਾ ਕੀਤਾ ਗਿਆ। ਹਮਲਾ ਵੀ ਉਸ ਸਮੇਂ ਕੀਤਾ ਜਦੋਂ ਨੌਜਵਾਨ ਆਪਣੇ ਪਿੰਡ ਦੇ ਵਿੱਚ ਹੀ ਜਿਮ ਲਗਾ ਰਿਹਾ ਸੀ। ਕੀ ਹੋਇਆ ਕਿ ਜਿਮ ਲਾਉਣ ਗਿਆ ਸੀ ਮੈਂ ਤੇ 3-4 ਜਣੇ ਆ ਕੇ।
ਕਿੱਥੇ ਭਾਅ ਜੀ? ਪਿੰਡ ਹੀ ਹੈ। ਕਿਹੜੇ ਪਿੰਡ ਜੀ ਤੁਹਾਡਾ? ਕਾਲੀਵਾਲ ਦੇ। ਅੱਛਾ ਜੀ, ਅਤੇ ਕੋਈ ਪੁਰਾਣੀ ਰੇਂਜਰ ਸੀ ਜੀ? ਦੱਸਣਾ ਪੁਰਾਣੀ। ਅੱਛਾ ਜੀ, ਪਹਿਲੋਂ ਪਰਚਾ ਹੋਇਆ ਪਿਆ। ਅੱਛਾ ਜੀ, ਇਹਨਾਂ ਨੇ ਫਿਰ ਮੇਰੇ 'ਤੇ ਕਿੰਨੀ ਕੁ ਦੇਰ ਪਹਿਲਾਂ ਵੀ ਪਰਚਾ ਹੋਇਆ? ਚਾਰ ਕੁ ਮਹੀਨੇ ਪਹਿਲਾਂ।